ਜਲੰਧਰ ਵੈਸਟ ਚ ਆਪ ਬੈਸਟ, ਇੱਕ ਪਾਸੇ ਜਿੱਤ ਦੂਜੇ ਪਾਸੇ ਇਲਜ਼ਾਮ, ਲੋਕਾਂ ਦਾ ਫਤਵਾ ਲੀਡਰਾਂ ਨੂੰ ਮਨਜ਼ੂਰ, ਸੀਟ ਵਕਾਰੀ ਆਪ ਦੀ ਸਰਦਾਰੀ। ਜੀ ਹਾਂ, ਇਹ ਤਸਵੀਰਾਂ ਵੇਖੋ, ਜਿੱਤ ਦਾ ਜਸ਼ਨ, ਮੰਤਰੀਆਂ ਦੇ ਭੰਗੜੇ। ਜੀ ਹਾਂ, ਜਲੰਧਰ ਵੈਸਟ ਲਈ ਜ਼ਿਮਨੀ ਚੋਣ ਹੋਈ ਤਾਂ ਚੋਣ ਪ੍ਰਚਾਰ ਤੋਂ ਬਾਅਦ, ਇਲਜ਼ਾਮਾਂ ਤੋਂ ਬਾਅਦ ਲੋਕਾਂ ਦਾ ਫਤਵਾ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਦੇ ਹੱਕ ਚ ਆਇਆ। ਮੋਹਿੰਦਰ ਭਗਤ ਨੇ 37,325 ਦੇ ਫਰਕ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਨੂੰ 55,246 ਵੋਟਾਂ ਮਿਲੀਆਂ ਨੇ। ਭਾਜਪਾ ਦੇ ਸ਼ੀਤਲ ਲੰਗੁਰਾਲ ਨੂੰ 17,921 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 16,757 ਵੋਟਾਂ ਹਾਸਲ ਹੋਈਆਂ। ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੀ ਸੁਰਜੀਤ ਕੌਰ ਨੂੰ 1,242 ਵੋਟਾਂ ਮਿਲੀਆਂ, ਜਦਕਿ ਬਸਪਾ ਦੇ ਬਿੰਦਰ ਲਾਖਾ ਨੂੰ 734 ਵੋਟਾਂ ਪਈਆਂ ਨੇ। ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ। ਜਲੰਧਰ ਤੋਂ ਚੰਡੀਗੜ੍ਹ ਤੱਕ ਜਸ਼ਨ ਮਨਾਇਆ ਜਾ ਰਿਹਾ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ ਬਹੁਤ ਵਧਾਈ। ਵੱਡੀ ਲੀਡ ਨਾਲ ਮਿਲੀ ਜਿੱਤ ਤੇ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਇਸ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ। ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ। ਮੋਹਿੰਦਰ ਭਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਜੋ ਅੱਜ ਰਿਜ਼ਲਟ ਆਇਆ ਹੈ ਬਾਈ ਇਲੈਕਸ਼ਨ ਦਾ, ਜਲੰਧਰ ਬੈਸਟ ਦਾ, ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਇਹ ਜੋ ਰਿਜ਼ਲਟ ਆਇਆ ਹੈ ਇਹ ਵਨ ਸਾਈਡਡ ਰਿਜ਼ਲਟ ਆਇਆ ਹੈ, ਔਰ ਮੇਰੇ ਮੁਤਾਬਕ ਜਲੰਧਰ ਬੈਸਟ ਔਰ ਜੋ ਪਹਿਲੇ ਸਾਊਥ ਹੁੰਦਾ ਸੀ ਇਹ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਇਸ ਵਾਰ ਸੀਟ ਦਿੱਤੀ ਗਈ ਹੈ। ਬਾਕੀ ਜਿਹੜੇ ਪਾਰਟੀਆਂ ਸਾਡੇ 'ਤੇ ਕਹਿੰਦੀਆਂ ਹਨ ਕਿ 15,000 ਤੋਂ 45,000 ਕਿਵੇਂ ਹੋਣਗੇ, ਉਹਨਾਂ ਨੂੰ ਅੱਜ ਬਾਕੀ ਪਤਾ ਲੱਗ ਜਾਏਗਾ ਕਿ 15,000 ਤੋਂ 45,000 ਨਹੀਂ, ਅਸੀਂ 52,000 ਕਰ ਦਿੱਤਾ। ਇਸ ਕਰਕੇ ਇਹ ਸਾਰਾ ਜਨਤਾ ਦਾ ਮੈਨੇਟ ਹੈਗਾ, ਜਨਤਾ ਪਾਰਟੀ ਦੀਆਂ ਨੀਤੀਆਂ ਉੱਪਰ ਅੱਜ ਵੀ ਉਹਨਾਂ ਨੇ ਜਿਵੇਂ ਕਿਹਾ ਅਰੋੜਾ ਜੀ ਨੇ, ਮਾਨ ਸਾਹਿਬ ਦੀਆਂ ਨੀਤੀਆਂ ਉੱਪਰ ਕੀਤੇ ਕੰਮਾਂ ਉੱਪਰ ਅੱਜ ਜਨਤਾ ਨੇ ਮੋਹਰ ਲਗਾ ਦਿੱਤੀ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਹੋਏਗਾ, ਵਨ ਸਾਈਡਡ ਆਮ ਆਦਮੀ ਪਾਰਟੀ ਜਿੱਤ ਹੋਏਗੀ। ਬੀਜੇਪੀ ਵਾਲਿਆਂ ਨੂੰ ਮੈਂ ਇੱਕ ਸਲਾਹ ਜ਼ਰੂਰ ਦੇਣੀ ਚਾਹੂੰਗਾ ਕਿ ਉਹਨਾਂ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਜਿੰਨੀਆਂ ਮਰਜ਼ੀ ਪੋਚਿੰਗਾਂ ਕਰ ਲੈਣ, ਜਿੰਨੇ ਮਰਜ਼ੀ ਸਾਡੇ MLAs ਨੂੰ ਭਰਮਾ ਲੈਣ, ਜਿੰਨੇ ਮਰਜ਼ੀ ਨੂੰ ਪੱਟਣ ਦੀ ਕੋਸ਼ਿਸ਼ ਕਰ ਲੈਣ, ਜਿਹੜਾ 22 ਦੇ ਵਿੱਚ ਉਹਨਾਂ ਦੇ ਹਾਲਾਤ ਹੋਏ, ਸਿਰਫ 2 MLA ਜਿੱਤੇ, ਅਤੇ ਫਿਰ ਇਹਨਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 0 out of 13 ਰਿਹਾ, ਕਿਉਂ ਵਾਰ ਵਾਰ ਉਹ ਇਹੋ ਜਿਹੀਆਂ ਪੋਚਿੰਗਾਂ ਕਰਕੇ MLA ਪੱਟਣ ਦੀਆਂ ਕੋਸ਼ਿਸ਼ਾਂ ਕਰਕੇ, ਜੋ ਪਿਛਲੇ ਸਮੇਂ ਦੇ ਵਿੱਚ ਗੱਲਾਂ ਚੱਲਦੀਆਂ ਰਹੀਆਂ, ਉਹਨਾਂ ਬਾਈ ਇਲੈਕਸ਼ਨ ਹੁੰਦੀ ਹੈ ਅਤੇ ਹਰ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਉਣੀ ਪੈਂਦੀ ਹੈ। ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀਆਂ ਪੋਲਿਸੀਜ਼ ਨੂੰ ਦੇਖਦੇ ਹੋਏ, ਭਗਵੰਤ ਮਾਨ ਜੀ ਦੀ ਸਰਕਾਰ ਦੀ ਯੋਗ ਰਹਿਨੁਮਾਈ ਨੂੰ ਦੇਖਦੇ ਹੋਏ, ਡਿਵੈਲਪਮੈਂਟ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ, ਆਉਣ ਵਾਲੀਆਂ ਜਿਹੜੀਆਂ 4 ਬਾਈ ਇਲੈਕਸ਼ਨਸ ਨੇ ਔਰ ਉਸ ਤੋਂ ਬਾਅਦ ਫਿਰ ਜਿਹੜੀਆਂ ਲੋਕਲ ਗਵਰਨਮੈਂਟ ਦੀ ਇਲੈਕਸ਼ਨ ਆਉਣੀਆਂ ਨੇ, ਕਾਰਪੋਰੇਸ਼ਨ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਦੀ ਇਲੈਕਸ਼ਨ ਆਉਣਾ, ਉਹਨਾਂ ਦੇ ਵਿੱਚ ਵੀ ਲੈਂਡਸਲਾਈਡ ਜਿੱਤ ਹੈ ਜਿਹੜੀ, ਇੱਕ ਤਰਫਾ ਜਿੱਤ ਹੈ ਜਿਹੜੀ, ਉਹ ਆਮ ਆਦਮੀ ਪਾਰਟੀ ਦਰਜ ਕਰਨ ਜਾ ਰਹੀ ਹੈ। ਜਲੰਧਰ ਜ਼ਿਮਨੀ ਚੋਣ ਦੀ ਜੰਗ ਸਿਆਸੀ ਨਹੀਂ ਸੀ, ਸਗੋਂ ਵੱਕਾਰ ਦੀ ਲੜਾਈ ਹੋ ਗਈ ਸੀ।
ਇਹ ਮੁਕਾਬਲਾ ਇਹਨਾਂ ਆਗੂਆਂ ਦੀ ਥਾਂ ਤੇ ਸ਼ੀਤਲ ਲੰਗੁਰਾਲ ਤੇ ਸੀਐਮ ਮਾਨ ਵਿਚਾਲੇ ਜ਼ਿਆਦਾ ਸੀ। ਸ਼ੀਤਲ ਲੰਗੁਰਾਲ ਨੇ ਵੋਟਾਂ ਤੋਂ ਪਹਿਲਾਂ ਇਲਜ਼ਾਮ ਲਗਾਏ ਤਾਂ ਉਹਨਾਂ ਦੇ ਨਾਲ ਹੀ ਭਾਜਪਾ ਜੁਆਇਨ ਕਰਨ ਵਾਲੇ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਦੀ ਜਿੱਤ ਤੇ ਸਵਾਲ ਖੜੇ ਕੀਤੇ। ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਰਿੰਕੂ ਨੇ ਲਿਖਿਆ, ਜਲੰਧਰ ਵੈਸਟ ਜ਼ਿਮਨੀ ਚੋਣ ਵਿੱਚ ਸਰਕਾਰ ਦੀ ਜਿੱਤ ਦੇ ਨੁਕਤੇ ਕੌਂਸਲਰ ਅਤੇ ਕਈ ਹੋਰਨਾਂ ਦੀ ਖਰੀਦ ਫਰੋਖਤ ਕੀਤੀ ਅਤੇ ਅਹੁਦਿਆਂ ਦੇ ਲਾਲਚ ਦਿੱਤੇ ਗਏ। ਕਈਆਂ ਨੂੰ ਖੁਸ਼ ਕਰਨ ਲਈ ਗਨਮੈਨ ਤੱਕ ਦਿੱਤੇ ਗਏ। ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਕਿ 2.5 ਸਾਲ ਸਰਕਾਰ ਦੇ ਬਾਕੀ ਨੇ, ਲੋਕਾਂ 'ਚ ਦਹਿਸ਼ਤ ਪੈਦਾ ਕੀਤੀ ਗਈ। ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸਾ, ਸ਼ਰਾਬ, ਰਾਸ਼ਨ, ਸੂਟ ਵੰਡੇ ਗਏ। ਸਰਕਾਰੀ ਮਸ਼ੀਨਰੀ ਤੇ ਸਰਕਾਰੀ ਤੰਤਰ ਦੀ ਪੂਰੀ ਤਰ੍ਹਾਂ ਦੁਰਵਰਤੋਂ ਕੀਤੀ ਗਈ। 90 MLA 35 ਚੇਅਰਮੈਨਾਂ ਨੇ ਹਲਕਾ ਵੈਸਟ ਵਿੱਚ ਪੂਰਾ ਗਦਰ ਮਚਾ ਕੇ ਰੱਖਿਆ। ਚੋਣਾਂ ਵਾਲੇ ਦਿਨ ਤੱਕ ਬਾਹਰੋਂ ਆਏ ਬੰਦੇ ਵੋਟਰਾਂ ਨੂੰ ਡਰਾਉਂਦੇ, ਧਮਕਾਉਂਦੇ ਤੇ ਪੈਸੇ ਵੰਡਦੇ ਰਹੇ। ਕੁੱਲ ਮਿਲਾ ਕੇ ਪੂਰੀ ਤਰ੍ਹਾਂ ਲੋਕਤੰਤਰ ਦਾ ਕਾਣ ਕੀਤਾ ਗਿਆ। ਮਗਰ ਫਿਰ ਵੀ ਸ਼ੀਤਲ ਉਂਗਰਾਲ ਬੜੀ ਦਲੇਰੀ ਦੇ ਨਾਲ ਲੜਿਆ ਤੇ ਸਰਕਾਰ ਦੀਆਂ ਚੀਕਾਂ ਕਢਾ ਕੇ ਰੱਖੀਆਂ। ਚੋਣ ਕਮਿਸ਼ਨ ਦੀਆਂ ਹਦਾਇਤਾਂ ਛਿੱਕੇ ਟੰਗ ਕੇ ਬੇਹਿਸਾਬ ਖਰਚਾ ਕੀਤਾ ਗਿਆ। ਕੁੱਲ ਮਿਲਾ ਕੇ ਇਹ ਜਿੱਤ ਨਹੀਂ ਲੋਕਤੰਤਰ ਦੀ ਹੱਤਿਆ ਹੈ। ਜਲੰਧਰ ਦਾ ਫਤਵਾ ਲੋਕਾਂ ਨੇ ਦਿੱਤਾ। ਹੁਣ ਸਵਾਲ ਇਹ ਹੈ ਕਿ ਨਵੇਂ ਬਣੇ ਵਿਧਾਇਕ ਸਾਹਿਬ ਲੋਕਾਂ ਨਾਲ ਪੂਰੀ ਟਰਮ ਤੱਕ ਵਫਾ ਨਿਭਾਉਣਗੇ ਜਾਂ ਫਿਰ ਉਹ ਵੀ ਪਿਛਲੀਆਂ ਵਾਂਗ ਦਲ ਬਦਲ ਲੈਣਗੇ। ਇਹ ਸਵਾਲ ਜ਼ਰੂਰੀ ਇਸ ਲਈ ਹੋ ਜਾਂਦਾ ਹੈ ਕਿਉਂਕਿ ਉਹ 2022 ਦੀਆਂ ਚੋਣਾਂ BJP ਦੇ ਵੱਲੋਂ ਲੜੇ ਸਨ ਤੇ ਉਦੋਂ ਹਾਰ ਗਏ ਸੀ ਤੇ ਉਦੋਂ ਆਪ ਦੇ ਸੁਸ਼ੀਲ ਰਿੰਕੂ ਜਿੱਤੇ ਸਨ, ਪਰ ਇਹਨਾਂ ਦੋਵਾਂ ਨੇ ਪਾਰਟੀ ਬਦਲ ਲਈਆਂ ਸਨ। ਸ਼ੀਤਲ ਲੰਗੁਰਾਲ ਦੇ ਅਸਤੀਫੇ ਤੋਂ ਬਾਅਦ ਇਸ ਸੀਟ ਤੇ ਜ਼ਿਮਨੀ ਚੋਣ ਹੋਈ। ਜਲੰਧਰ ਵੈਸਟ ਵਾਸੀਆਂ ਨੂੰ ਨਵਾਂ ਵਿਧਾਇਕ ਤਾਂ ਮਿਲ ਗਿਆ, ਪਰ ਸਵਾਲ ਆਖਰ 'ਚ ਉਹੀ ਹੈ ਕਿ ਸਾਡਾ ਵਿਧਾਇਕ ਸਾਡੇ ਨਾਲ ਪੂਰੀ ਟਰਮ ਸਾਥ ਨਿਭਾਏਗਾ ਜਾਂ ਫਿਰ ਨਹੀਂ। ਜਲੰਧਰ ਤੋਂ ਪ੍ਰਮਿਤ ਸਿੰਘ ਦੀ ਰਿਪੋਰਟ, PTC ਨਿਊਜ਼।